MS Word Part Number 1 आज इस वीडियो दे विच आपां Microsoft Word बारे जानांगे नाली कुछ हिस्ट्री भी देखांगे ते नाली उहदा प्रैक्टिकल भी करके देखांगे MS Word दा इंटरफेस किस तरह दा हुंदा ते उस दे विच आपां किस तरह जिहड़ा है काम कर सकदे आ उहदे इंटरफेस दे बारे अज आपां जानांगे क्योंकि Microsoft Word नूं आपां इक वीडियो दे विच कवर अप नहीं कर सकदे सो इस करके आपां इहनूं जिहड़ा अलग-अलग पार्ट्स दे विच डिवाइड कीता है ताकि तुहानूं बहुत ही आसानी दे नाल MS Word बारे सारी जानकारी हो सके सो जिन्होंने Microsoft Office नूं अपने हजे तक भी कंप्यूटर दे विच इंस्टॉल नहीं कीता होया हैगा ਉਹ ਜ਼ਰੂਰ ਇੰਸਟਾਲ ਕਰ ਲੈਣਾ ਕਿਉਂਕਿ ਤੁਸੀਂ ਅਗਰ ਪ੍ਰੈਕਟੀਕਲ ਕਰੋਗੇ ਉਸ ਦਾ ਨਾਲ ਨਾਲ ਤਾਂ ਹੀ ਤੁਹਾਨੂੰ ਜਿਹੜਾ ਹੈ ਈਜ਼ੀਲੀ ਜਲਦੀ ਜਿਹੜਾ ਹੈ ਉਹ ਸਮਝ ਵੀ ਆਵੇਗਾ ਅਤੇ ਤੁਸੀਂ ਬਹੁਤ ਹੀ ਜਲਦੀ ਜਿਹੜਾ ਸਿੱਖ ਜਾਓਗੇ ਸੋ ਜਿਨ੍ਹਾਂ ਨੇ ਉਹ ਇੰਸਟਾਲ ਹਜੇ ਤੱਕ ਨਹੀਂ ਕੀਤਾ ਹੋਇਆ ਫ੍ਰੀ ਦੇ ਵਿੱਚ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਮਾਈਕਰੋਸੋਫਟ ਆਫਿਸ ਵਰਜ਼ਨ ਆ ਤੁਸੀਂ 2010 ਜਿਹੜਾ ਤੁਸੀਂ ਇੰਸਟਾਲ ਕਰ ਸਕਦੇ ਇਸ ਤੋਂ ਵੀ ਇਲਾਵਾ ਅਗਰ ਤੁਸੀਂ ਕੋਈ ਹੋਰ ਵੀ ਇੰਸਟਾਲ ਕਰਨਾ ਚਾਹੁੰਦੇ ਹੋ ਉਹਦੇ ਉਸ ਵੀਡੀਓ ਦੇ ਵਿੱਚ ਮੈਂ ਸਾਰਾ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਸਿਸਟਮ ਦੀਆਂ ਰਿਕੁਆਇਰਮੈਂਟਸ ਦੇ ਅਕੋਰਡਿੰਗ ਜਿਹੜਾ ਆ ਆਪਣੇ ਪੀਸੀ ਦੇ ਵਿੱਚ ਮਾਈਕਰੋਸੋਫਟ ਆਫਿਸ ਨੂੰ ਇੰਸਟਾਲ ਕਰ ਸਕਦੇ ਹੋ ਸੋ ਉਸ ਵੀਡੀਓ ਦਾ ਜਿਹੜਾ ਲਿੰਕ ਆ ਮੈਂ ਉੱਪਰ ਵੀ ਦੇ ਦਾਂਗੀ ਆਈ ਬਟਨ ਦੇ ਵਿੱਚ ਤੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦਾਂਗੀ ਸੋ ਜਰੂਰ ਚੈੱਕ ਆਊਟ ਕਰ ਲੈਣਾ ਤੇ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰ ਲੈਣਾ ਤੇ ਜਲਦੀ ਨਾਲ ਆਪਾਂ ਵੀਡੀਓ ਸਟਾਰਟ ਕਰਦੇ ਆ ਤੇ ਉਸ ਤੋਂ ਪਹਿਲਾਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬੈਲ ਬਟਨ ਦੇ ਆਈਕਨ ਤੇ ਜਰੂਰ ਕਲਿੱਕ ਕਰਨਾ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਹੋ ਜੀ ਲੱਗਦੀ ਆ ਤਾਂ ਕਿ ਮੈਨੂੰ ਹੋਰ ਵੀ ਜ਼ਿਆਦਾ ਮੋਟੀਵੇਸ਼ਨਲ ਜਿਹੜੀ ਤੁਹਾਡੇ ਵੱਲੋਂ ਮਿਲ ਸਕੇ ਤਾਂ ਕਿ ਮੈਂ ਹੋਰ ਜ਼ਿਆਦਾ ਵੀਡੀਓਜ਼ ਬਣਾ ਸਕਾਂ ਤੇ ਨਾਲ ਹੀ ਨਾਲ ਆਪਣੇ ਜੇ ਇਸ ਚੈਨਲ ਨੂੰ ਜਿਹੜਾ ਹੈ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਫਰੈਂਡਸ ਨਾਲ ਰਿਲੇਟਿਵਸ ਨਾਲ ਤਾਂ ਕਿ ਹਰ ਕਿਸੇ ਨੂੰ ਇਹਨਾਂ ਵੀਡੀਓਜ਼ ਤੋਂ ਫਾਇਦਾ ਮਿਲ ਸਕੇ ਤੇ ਹਰ ਕੋਈ ਜਿਹੜਾ ਘਰ ਬੈਠ ਕੇ ਕੰਪਿਊਟਰ ਦੀ ਨੌਲੇਜ ਜਿਹੜੀ ਆ ਫ੍ਰੀ ਵਿੱਚ ਲੈ ਸਕੇ ਸੋ ਜਲਦੀ ਨਾਲ ਵੀਡੀਓ ਸਟਾਰਟ ਕਰਦੇ ਹਾਂ ਮਾਈਕਰੋਸੋਫਟ ਆਫਿਸ ਦੀ ਹਿਸਟਰੀ ਬਾਰੇ ਗੱਲ ਕਰੀਏ ਤਾਂ ਇਹਨਾਂ ਨੂੰ ਬਿਲ ਗੇਟਸ ਜੀ ਨੇ ਡਿਵੈਲਪ ਕੀਤਾ ਸੀ ਜਿਹੜੇ ਕਿ ਦੁਨੀਆ ਦੇ ਸਭ ਤੋਂ ਰਿਚੈਸਟ ਪਰਸਨ ਵਿੱਚੋਂ ਇੱਕ ਰਹਿ ਚੁੱਕੇ ਆ ਤੇ ਉਹਨਾਂ ਨੇ ਜਿਹੜਾ ਹੈ ਇਸ ਨੂੰ ਜਿਹੜਾ ਹੈ ਡਿਵੈਲਪ ਕੀਤਾ ਸੀ 1988 ਦੇ ਵਿੱਚ ਤੇ ਉਹ ਮੈਕ ਆਪਰੇਟਿੰਗ ਸਿਸਟਮ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ ਤੇ 1990 ਦੇ ਵਿੱਚ ਉਹਨਾਂ ਨੇ ਵਿੰਡੋ ਆਪਰੇਟਿੰਗ ਸਿਸਟਮ ਦੇ ਲਈ ਇਸ ਨੂੰ ਬਣਾਇਆ ਤੇ ਉਸ ਤੋਂ ਇਹਦਾ ਜਿਹੜਾ ਵਰਜ਼ਨ ਫਸਟ ਆਇਆ ਸੀਗਾ ਉਹਦਾ ਨਾਮ ਸੀਗਾ ਮਾਈਕਰੋਸੋਫਟ ਆਫਿਸ 1.0 ਤੇ ਹੁਣ ਤੱਕ ਇਹਨਾਂ ਦੇ ਕਾਫੀ ਵਰਜ਼ਨ ਜਿਹੜੇ ਆ ਆਪਾਂ ਨੂੰ ਮਾਰਕੀਟ ਵਿੱਚ ਅਵੇਲੇਬਲ ਹੋ ਚੁੱਕੇ ਤੇ 2019 ਦੇ ਸਾਲ ਦੇ ਐਂਡ ਤੱਕ ਜਿਹੜਾ ਆਪਾਂ ਨੂੰ 365 ਜਿਹੜਾ ਉਹ ਮਾਈਕਰੋਸੋਫਟ ਆਫਿਸ ਦਾ ਵਰਜ਼ਨ ਮਿਲ ਚੁੱਕਾ ਮਾਈਕਰੋਸੋਫਟ ਆਫਿਸ 365 ਸੋ ਇਸ ਇਸ ਦੀ ਥੋੜ੍ਹੀ ਜਿਹੀ ਹਿਸਟਰੀ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਸ ਨੂੰ ਆਪਾਂ ਓਪਨ ਕਰ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਸਟਾਰਟ ਬਟਨ ਦੇ ਉੱਤੇ ਆਪਾਂ ਕਲਿੱਕ ਕਰਾਂਗੇ ਔਰ ਸਰਚ ਬਾਕਸ ਦੇ ਵਿੱਚ ਜ਼ਿਆਦਾ ਟਾਈਪ ਕਰਾਂਗੇ MS Word ਜਾਂ ਫਿਰ ਆਪਾਂ ਆਲ ਪ੍ਰੋਗਰਾਮਸ ਤੇ ਕਲਿੱਕ ਕਰਕੇ ਮਾਈਕਰੋਸੋਫਟ ਆਫਿਸ ਦੇ ਉੱਤੇ ਕਲਿੱਕ ਕਰਾਂਗੇ ਔਰ ਇਸ ਦੇ ਵਿੱਚੋਂ ਮਾਈਕਰੋਸੋਫਟ Word 2010 ਜਿਹੜਾ ਆ ਉਸ ਦੇ ਉੱਤੇ ਕਲਿੱਕ ਕਰ ਦਾਂਗੇ ਦੈਨ ਹੀ ਓਪਨ ਹੋ ਜਾਵੇਗਾ ਦੇਖੋ ਮਾਈਕਰੋਸੋਫਟ ਵਰਡ ਆਪਣਾ ਓਪਨ ਹੋ ਚੁੱਕਾ ਆ ਅਤੇ ਇਸ ਦੇ ਸਭ ਤੋਂ ਟੌਪ ਦੇ ਉੱਤੇ ਹੁੰਦੀ ਆ ਟਾਈਟਲ ਬਾਰ ਟਾਈਟਲ ਬਾਰ ਦਾ ਮਤਲਬ ਕੀ ਹੁੰਦਾ ਆ ਕਿ ਜੋ ਵੀ ਆਪਾਂ ਫਾਈਲ ਦਾ ਨਾਮ ਦਿੱਤਾ ਹੋਇਆ ਹੁੰਦਾ ਆ ਉਹ ਆਪਾਂ ਨੂੰ ਟਾਈਟਲ ਬਾਰ ਦੇ ਉੱਤੇ ਡਿਸਪਲੇ ਹੁੰਦਾ ਆ ਜਦੋਂ ਆਪਾਂ ਕੋਈ ਨਾਮ ਨਹੀਂ ਦਿੱਤਾ ਹੁੰਦਾ ਤਾਂ ਉਹਦਾ ਨਾਮ ਜਿਹੜਾ ਬਾਈ ਡਿਫਾਲਟ ਡਾਕੂਮੈਂਟ 1 ਹੁੰਦਾ ਆ ਸੋ ਇਸ ਕਰਕੇ ਇਹ ਜਿਹੜਾ ਆ ਇਹਦਾ ਨਾਮ ਡਾਕੂਮੈਂਟ 1 ਆ ਸੋ ਦੇਖੋ ਸਭ ਤੋਂ ਪਹਿਲਾਂ ਟਾਈਟਲ ਬਾਰ ਦੇ ਉੱਪਰ ਹੁੰਦਾ ਲੋਗੋ ਲੋਗੋ ਦੇ ਨਾਲ ਹੀ ਹੁੰਦਾ ਆ ਆਪਣੇ ਕੋਲ ਸੇਵ ਦਾ ਬਟਨ ਦੇਖੋ ਇੱਥੋਂ ਆਪਾਂ ਜਿਹੜਾ ਆ ਸੇਵ ਕਰ ਸਕਦੇ ਹਾਂ ਆਪਣੀ ਫਾਈਲਸ ਨੂੰ ਸੋ ਦੇਖੋ ਇੱਥੇ ਮੈਂ ਕੁਛ ਟਾਈਪ ਕੀਤਾ ਟਾਈਪ ਕਰਨ ਦੇ ਨਾਲ ਹੀ ਨਾਲ ਦੀਆਂ ਕੁਛ ਆਪਸ਼ਨ ਜਿਹੜੀਆਂ ਹਾਈਲਾਈਟ ਹੋ ਗਈਆਂ ਇਹ ਹੁੰਦੀਆਂ ਆਪਣੇ ਕੋਲ ਅੰਡੂ ਔਰ ਰੀਡੂ ਮਤਲਬ ਇੱਥੋਂ ਅੰਡੂ ਰੀਡੂ ਤੁਸੀਂ ਕਰ ਸਕਦੇ ਹੋ ਨਾਲ ਹੀ ਇੱਕ ਆਪਸ਼ਨ ਹੈਗੀ ਕਸਟਮਾਈਜ਼ ਕੁਇਕ ਐਕਸੈਸ ਟੂਲ ਬਾਰ ਇਹਦੇ ਵਿੱਚੋਂ ਅਗਰ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਦੈਨ ਤੁਸੀਂ ਉਹ ਇੱਥੇ ਜਿਹੜਾ ਆ ਇਨਡਾਇਰੈਕਟਲੀ ਰੱਖ ਸਕਦੇ ਹੋ ਜਿੱਦਾਂ ਕਿ ਹੁਣ ਦੇਖੋ ਮੈਂ ਇੱਥੇ ਆਪਸ਼ਨ ਜਿਹੜੀ ਆ ਉਹ ਨਿਊ ਨਾਮ ਦੀ ਰੱਖੀ ਦੇਖੋ ਨਿਊ ਦੇ ਉੱਤੇ ਮੈਂ ਅਗਰ ਟਿਕ ਕਰ ਦਿੱਤਾ ਤਾਂ ਉਹ ਆ ਗਈ ਅਗਰ ਮੈਂ ਉੱਤੇ ਅਨਟਿਕ ਕਰ ਦਿੱਤਾ ਦੈਨ ਉਹ ਵਾਈਟ ਪੇਜ ਦੁਬਾਰਾ ਚਲੇ ਗਿਆ ਸੋ ਇਸ ਤਰ੍ਹਾਂ ਜਿਹੜਾ ਆਪਾਂ ਟਾਈਟਲ ਬਾਰ ਦੇ ਉੱਤੇ ਯੂਜ਼ ਕਰਦੇ ਹਾਂ ਸੋ ਇਹ ਡਾਕੂਮੈਂਟ 1 ਇਸ ਦਾ ਨਾਮ ਆ ਫਿਲਹਾਲ ਹਜੇ ਇਹਦਾ ਨਾਮ ਆਪਾਂ ਕੋਈ ਵੀ ਨਹੀਂ ਦਿੱਤਾ ਅਗਰ ਆਪਾਂ ਇਹਦੇ ਫਾਈਲ ਬਟਨ ਦੇ ਉੱਤੇ ਜਾ ਕੇ ਸੇਵ ਬਟਨ ਦੇ ਉੱਤੇ ਕਲਿੱਕ ਕਰਕੇ ਨਾਮ ਦਵਾਂਗੇ ਦੈਨ ਇਹਦਾ ਜਿਹੜਾ ਆ ਇੱਥੇ ਨਾਮ ਹੋਰ ਕੋਈ ਆ ਜਾਵੇਗਾ ਸੋ ਹੁਣ ਆਪਾਂ ਦੇਖ ਲੈਂਦੇ ਹਾਂ ਟਾਈਟਲ ਬਾਰ ਦੇ ਮਿਨੀਮਾਈਜ਼ ਮੈਕਸੀਮਾਈਜ਼ ਐਂਡ ਕਲੋਜ਼ ਬਟਨ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਜੇ ਅਗਰ ਮੈਂ ਮਿਨੀਮਾਈਜ਼ ਦੇ ਉੱਤੇ ਕਲਿੱਕ ਕਰਦੀ ਦੇਖੋ ਵਿੰਡੋ ਮੇਰੀ ਨੀਚੇ ਚਲੇ ਗਈ ਆ ਟਾਸਕ ਬਾਰ ਦੇ ਉੱਤੇ ਬਟ ਇਹ ਕੈਂਸਲ ਨਹੀਂ ਹੋਈ ਹੈਗੀ ਮਤਲਬ ਕਲੋਜ਼ ਨਹੀਂ ਹੋਈ ਹੋਈ ਸੋ ਇਹ ਹੁੰਦਾ ਮਿਨੀਮਾਈਜ਼ ਬਟਨ ਦਾ ਕੰਮ ਅਗਰ ਮੈਂ ਮੈਕਸੀਮਾਈਜ਼ ਵਿੰਡੋ ਦੇ ਉੱਤੇ ਕਲਿੱਕ ਕਰਦੀ ਹਾਂ ਦੇਖੋ ਮੇਰੀ ਵਿੰਡੋ ਥੋੜ੍ਹੀ ਜੀ ਛੋਟੀ ਹੋ ਗਈ ਆ ਅਗਰ ਮੈਂ ਦੁਬਾਰਾ ਇਹਦੇ ਉੱਤੇ ਕਲਿੱਕ ਕਰੂੰਗੀ ਦੈਨ ਵੱਡੀ ਹੋ ਜਾਵੇਗੀ ਸੋ ਇਸੇ ਤਰ੍ਹਾਂ ਅਗਰ ਮੈਂ ਕਲੋਜ਼ ਬਟਨ ਦੇ ਉੱਤੇ ਕਲਿੱਕ ਕਰਾਂਗੀ ਦੈਨ ਇਹ ਮੇਰੀ ਵਿੰਡੋ ਕਲੋਜ਼ ਹੋ ਜਾਵੇਗੀ ਸੋ ਮੈਂ ਕਲੋਜ਼ ਬਟਨ 'ਤੇ ਦੇਖੋ ਕਲਿੱਕ ਕੀਤਾ ਦੈਨ ਇਹ ਕਲੋਜ਼ ਹੋ ਗਈ ਦੁਬਾਰਾ ਆਪਾਂ ਓਪਨ ਕਰਦੇ ਹਾਂ ਸਟਾਰਟ ਬਟਨ ਦੇ ਉੱਤੇ ਕਲਿੱਕ ਕਰਤਾ ਦੇਖੋ ਹੁਣ ਇਹ ਸ਼ਾਰਟਕੱਟ ਲਈ ਇਹਦਾ ਆਈਕਨ ਜਿਹੜਾ ਇੱਥੇ ਬਣ ਜਾਂਦਾ ਆ ਸੋ ਦੇਖੋ ਇੱਥੇ ਲਿਖਿਆ ਮਾਈਕਰੋਸੋਫਟ ਵਰਡ 2010 ਇਹਦੇ ਉੱਤੇ ਰਾਈਟ ਕਲਿੱਕ ਕਰਕੇ ਤੁਸੀਂ ਇਹਨੂੰ ਜਸਟ ਓਪਨ ਕਰ ਸਕਦੇ ਹੋ
ਇਹ ਸਾਰਾ ਕੰਮ ਹੋ ਗਿਆ ਆਪਣੇ ਟਾਈਟਲ ਬਾਰ ਦਾ। ਟਾਈਟਲ ਬਾਰ ਬਾਰੇ ਪਤਾ ਲੱਗ ਗਿਆ। ਨੈਕਸਟ ਆਪਾਂ ਦੇਖਦੇ ਹਾਂ ਫਾਈਲ ਬਟਨ ਦਾ ਕੰਮ, ਕਿ ਫਾਈਲ ਬਟਨ ਦੇ ਉੱਤੇ ਕਲਿੱਕ ਕਰਨ ਦੇ ਨਾਲ ਕਿਹੜੀਆਂ ਕਿਹੜੀਆਂ ਆਪਸ਼ਨਸ ਆਪਾਂ ਨੂੰ ਮਿਲਦੀਆਂ ਆ। ਸੋ ਦੇਖੋ ਫਾਈਲ ਬਟਨ 'ਤੇ ਜਦੋਂ ਮੈਂ ਕਲਿੱਕ ਕੀਤਾ ਤਾਂ ਸਾਰੀਆਂ ਆਪਸ਼ਨਸ ਦੇ ਵਿੱਚੋਂ ਫਸਟ ਆਪਸ਼ਨ ਜਿਹੜੀ ਆ ਸੇਵ ਦੀ। ਅਗਰ ਮੈਂ ਫਾਈਲ ਨੂੰ ਸੇਵ ਕਰਨਾ ਆ, ਕਿਤੇ ਵੀ ਫਾਈਲ ਨੂੰ ਕੰਪਿਊਟਰ ਵਿੱਚ ਸੇਵ ਕਰਨਾ, ਦੈਨ ਮੈਂ ਸੇਵ ਦੇ ਉੱਤੇ ਕਲਿੱਕ ਕਰੂੰਗੀ। ਦੇਖੋ ਮੈਂ ਸੇਵ ਦੇ ਉੱਤੇ ਕਲਿੱਕ ਕੀਤਾ, ਦੈਨ ਇੱਕ ਬਾਕਸ ਓਪਨ ਹੋਵੇਗਾ। ਇਸ ਬਾਕਸ ਦੇ ਵਿੱਚ ਤੁਸੀਂ ਪਹਿਲਾਂ ਲੋਕੇਸ਼ਨ ਚੂਜ਼ ਕਰਨੀ ਕਿ ਕਿੱਥੇ ਤੁਸੀਂ ਸੇਵ ਕਰਨਾ ਚਾਹੁੰਦੇ ਡਾਕੂਮੈਂਟ ਨੂੰ। ਸਪੋਜ਼ ਮੈਂ ਡਿਸਕਟੋਪ ਦੇ ਉੱਤੇ ਸੇਵ ਕਰਨਾ ਚਾਹੁੰਦੀ, ਮੈਂ ਡਿਸਕਟੋਪ ਸਿਲੈਕਟ ਕਰ ਲਿਆ। ਔਰ ਤੁਸੀਂ ਫੋਲਡਰ ਦਾ ਨਾਮ ਦੇ ਦੇਣਾ ਕਿ ਤੁਸੀਂ ਆਪਣੀ ਫਾਈਲ ਦਾ ਨਾਮ ਕੀ ਦੇਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕਿਹੜੇ ਫੋਲਡਰ 'ਚ ਸਿਲੈਕਟ ਕਰਨਾ ਚਾਹੁੰਦੇ ਹੋ। ਸੋ ਮੈਂ ਇੱਥੇ ਜਿਹੜਾ ਆਪਣੀ ਫਾਈਲ ਦਾ ਨਾਮ ਦੇ ਦਿੱਤਾ ਟੈਕ ਸਟੱਡੀ। ਸੋ ਮੈਂ ਇਸ ਫੋਲਡਰ ਨੂੰ ਜਿਹੜੇ ਫਾਈਲ ਨੂੰ ਇਸ ਦੇ ਨਾਮ ਦੇ ਨਾਲ ਸੇਵ ਕਰਨਾ। ਸੋ ਇੱਥੋਂ ਜਿਹੜਾ ਆਪਣਾ ਵਰਡ ਡਾਕੂਮੈਂਟ ਹੀ ਸਿਲੈਕਟ ਹੋਇਆ ਹੋਣਾ ਚਾਹੀਦਾ। ਸੋ ਮੈਂ ਇਹਨੂੰ ਸੇਵ ਕਰ ਦਿੱਤਾ ਆ। ਦੇਖੋ ਹੁਣ ਉਹ ਟਾਈਟਲ ਵਾਰ ਦੇ ਵਿੱਚ ਟੈਕ ਸਟੱਡੀ ਲਿਖ ਕੇ ਆਉਣ ਲੱਗ ਗਿਆ, ਜਿੱਥੇ ਕਿ ਪਹਿਲਾਂ ਡਾਕੂਮੈਂਟ 1 ਲਿਖਿਆ ਸੀ, ਕਿਉਂਕਿ ਹੁਣ ਮੈਂ ਇਸਦਾ ਨਾਮ ਟੈਕ ਸਟੱਡੀ ਕਰ ਦਿੱਤਾ ਇਸ ਕਰਕੇ। ਸੋ ਹੁਣ ਆਪਾਂ ਡਿਸਕਟੋਪ 'ਤੇ ਦੇਖ ਲੈਂਦੇ ਹਾਂ ਕਿ ਇਹ ਫਾਈਲ ਸੇਵ ਹੋ ਗਈ ਆ। ਦੇਖੋ ਡਿਸਕਟੋਪ ਦੇ ਉੱਤੇ ਟੈਕ ਸਟੱਡੀ ਨਾਮ ਦਾ ਵਰਡ ਫਾਈਲ ਦਾ ਜਿਹੜਾ ਆਈਕਨ ਬਣ ਗਿਆ ਆ। ਸੋ ਇਸ ਤਰ੍ਹਾਂ ਇੱਥੋਂ ਆਪਾਂ ਡਾਇਰੈਕਟ ਇਸ ਫਾਈਲ ਨੂੰ ਹੁਣ ਓਪਨ ਵੀ ਕਰ ਸਕਦੇ ਹਾਂ। ਸੋ ਦੇਖੋ ਹੁਣ ਇਹ ਫਾਈਲ ਆਪਣੀ, ਅਗਰ ਆਪਾਂ ਇਹਦੀ ਲੋਕੇਸ਼ਨ ਚੇਂਜ ਕਰਨੀ ਹੋਵੇ, ਜਾਂ ਫਿਰ ਇਹਦਾ ਫਾਰਮੈਟ ਚੇਂਜ ਕਰਨਾ ਹੋਵੇ, ਜਾਂ ਫਿਰ ਇਹਨੂੰ ਆਪਾਂ ਕਿਸੇ ਹੋਰ ਨਾਮ ਨਾਲ ਸੇਵ ਕਰਨਾ ਹੋਵੇ, ਦੈਨ ਆਪਾਂ ਸੇਵ ਐਜ਼ ਬਟਨ ਦੇ ਉੱਤੇ ਕਲਿੱਕ ਕਰਾਂਗੇ। ਦੇਖੋ ਫਾਈਲ 'ਚ ਜਾ ਕੇ ਸੇਵ ਐਜ਼ ਦੇ ਉੱਤੇ ਜਦੋਂ ਕਲਿੱਕ ਕੀਤਾ, ਹੁਣ ਮੈਂ ਇਹਦਾ ਨਾਮ ਦੇ ਦਿੰਦੀ ਹਾਂ। ਸਪੋਜ਼ ਮੈਂ ਇਹਦਾ ਨਾਮ ਦੇ ਦਿੰਦੀ ਹਾਂ ਲੋਕਡਾਊਨ ਟੈਕ ਸਟੱਡੀ। ਸੋ ਮੈਂ ਇਸਦਾ ਫਾਈਲ ਦਾ ਨਾਮ ਲੋਕਡਾਊਨ ਟੈਕ ਸਟੱਡੀ ਰੱਖ ਦਿੱਤਾ, ਔਰ ਜਿਹੜੀ ਲੋਕੇਸ਼ਨ ਸੀ ਡਿਸਕਟੋਪ ਉਹ ਸੇਮ ਹੀ ਰੱਖੀ ਆ। ਸੋ ਹੁਣ ਦੇਖੋ ਉੱਪਰ ਇਹਦਾ ਨਾਮ ਲੋਕਡਾਊਨ ਟੈਕ ਸਟੱਡੀ ਲਿਖ ਕੇ ਆ ਗਿਆ ਆ। ਸੋ ਇਸੇ ਤਰ੍ਹਾਂ ਅਗਰ ਮੈਂ ਕੋਈ ਫਾਈਲ ਓਪਨ ਕਰਨੀ ਹੋਵੇ, ਦੈਨ ਮੈਂ ਓਪਨ ਬਟਨ ਦੇ ਉੱਤੇ ਕਲਿੱਕ ਕਰਕੇ ਮੈਂ ਓਪਨ ਕਰ ਸਕਦੀ ਜਿਹੜੀ ਕੋਈ ਫਾਈਲ ਮੇਰੀ ਆਲਰੇਡੀ ਬਣੀ ਹੋਈ ਆ। ਸਪੋਜ਼ ਮੈਂ ਜਿੱਦਾਂ ਓਪਨ ਬਟਨ ਦੇ ਉੱਤੇ ਕਲਿੱਕ ਕੀਤਾ, ਦੇਖੋ ਇੱਥੋਂ ਮੇਰੇ ਕੋਲ ਇੱਕ ਫਾਈਲ ਆ ਟੈਕ ਸਟੱਡੀ, ਜਿਹੜੀ ਕਿ ਆਪਾਂ ਲਾਸਟ ਬਣਾਈ ਸੀਗੀ। ਠੀਕ ਹੈ, ਲੋਕਡਾਊਨ ਤਾਂ ਹੁਣ ਆਪਾਂ ਇਸਦਾ ਨਾਮ ਕਰਤਾ, ਪਹਿਲਾਂ ਆਪਾਂ ਇਹਦਾ ਨਾਮ ਸੀ ਟੈਕ ਸਟੱਡੀ। ਸੋ ਇਸ ਕਰਕੇ ਇਹ ਵੀ ਫਾਈਲ ਉੱਤੇ ਆਲਰੇਡੀ ਪਈ ਆ। ਸੋ ਮੈਂ ਇਹਨੂੰ ਓਪਨ ਕਰ ਲੈਂਦੀ ਹਾਂ। ਟੈਕ ਸਟੱਡੀ ਦੇ ਉੱਪਰ ਕਲਿੱਕ ਕੀਤਾ, ਦੇਖੋ ਹੁਣ ਮੇਰੇ ਕੋਲ ਦੋ ਫਾਈਲਸ ਓਪਨ ਹੋ ਗਈਆਂ। ਦੇਖੋ ਜਦੋਂ ਤੁਸੀਂ ਨੀਚੇ ਕਲਿੱਕ ਕਰੋਗੇ ਟਾਸਕ ਬਾਰ ਦੇ ਵਰਡ ਆਈਕਨ ਦੇ ਉੱਤੇ, ਤਾਂ ਦੇਖੋ ਇੱਕ ਹੋ ਗਈ ਲੋਕਡਾਊਨ ਟੈਕ ਸਟੱਡੀ, ਇੱਕ ਹੋ ਗਈ ਟੈਕ ਸਟੱਡੀ। ਦੋ ਫਾਈਲਸ ਮੇਰੇ ਕੋਲ ਇਸ ਟਾਈਮ ਹੁਣ ਓਪਨ ਹੋ ਚੁੱਕਿਆ। ਇਸ ਤਰ੍ਹਾਂ ਤੁਸੀਂ ਕੋਈ ਫਾਈਲ ਓਪਨ ਕਰਨੀ ਹੋਵੇ, ਦੈਨ ਤੁਸੀਂ ਇੱਥੋਂ ਫਾਈਲ ਬਟਨ ਦੇ ਉੱਤੇ ਕਲਿੱਕ ਕਰਕੇ ਓਪਨ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਨੈਕਸਟ ਕਲੋਜ਼ ਬਟਨ ਆ, ਜਿਸੇ ਤਰ੍ਹਾਂ ਆਪਾਂ ਉੱਪਰੋਂ ਕਲੋਜ਼ ਕਰਕੇ ਟਾਈਟਲ ਬਾਰ ਤੋਂ ਕਲੋਜ਼ ਕਰ ਸਕਦੇ, ਸੋ ਇੱਥੋਂ ਵੀ ਆਪਾਂ ਡਾਇਰੈਕਟ ਇਹਨੂੰ ਕਲੋਜ਼ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਜਿਹੜਾ ਆ ਇਹ ਫਾਈਲ ਜਿੱਦਾਂ ਹੁਣ ਇਹ ਟੈਕਸਟ ਸਟੱਡੀ ਦੀ ਸੀ, ਇਹਨੂੰ ਅਗਰ ਮੈਂ ਕਲੋਜ਼ ਕਰਨਾ, ਦੈਨ ਕਲੋਜ਼ 'ਤੇ ਕਲਿੱਕ ਕਰੂੰਗੀ, ਦੈਨ ਇਹ ਫਾਈਲ ਜਿਹੜੀ ਆ ਮੇਰੀ ਕਲੋਜ਼ ਹੋ ਜਾਵੇਗੀ। ਹੁਣ ਦੇਖੋ ਮੇਰੇ ਕੋਲ ਸਿਰਫ ਲੋਕਡਾਊਨ ਟੈਕਸਟ ਸਟੱਡੀ ਫਾਈਲ ਜਿਹੜੀ ਆ ਓਪਨ ਆ। ਹੁਣ ਇਨਫੋ ਦੇ ਵਿੱਚ ਦੇਖੋ, ਇਹਦੇ ਵਿੱਚ ਤੁਸੀਂ ਕੋਈ ਵੀ ਆਪਣੀ ਪਾਸਵਰਡ, ਸਿਕਿਉਰਿਟੀ, ਪਰਮਿਸ਼ਨਸ ਲਗਾ ਸਕਦੇ ਹਾਂ ਇਹਦੇ ਵਿੱਚ। ਇਹ ਆਪਾਂ 1 by 1 ਦੇਖਾਂਗੇ ਕਿ ਕਿਸ ਤਰ੍ਹਾਂ ਲਗਾਉਣਾ ਆ। ਸੋ ਇਹਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਵੀ ਦੱਸੀਆਂ ਹੋਈਆਂ ਹੁੰਦੀਆਂ ਸਾਰੀਆਂ ਕਿ ਕਿਸ ਤਰ੍ਹਾਂ ਇਹ ਜਿਹੜੀ ਆ ਇਹਦਾ ਸਾਈਜ਼ ਹੁੰਦਾ ਆ। ਸੋ ਇਸੇ ਤਰ੍ਹਾਂ ਰੀਸੈਂਟ ਫਾਈਲਸ ਜਿਹੜੀਆਂ ਵੀ ਤੁਸੀਂ ਰੀਸੈਂਟ ਫਾਈਲਸ ਓਪਨ ਕੀਤੀਆਂ ਹੁੰਦੀਆਂ ਆ, ਜਿਨ੍ਹਾਂ ਨੂੰ ਤੁਸੀਂ ਓਪਨ ਕਰ ਕਰਕੇ ਜਿਨ੍ਹਾਂ ਦੇ ਵਿੱਚ ਕੰਮ ਕਰ ਰਹੇ ਸੀ, ਉਹਨਾਂ ਸਾਰਿਆਂ ਦੇ ਨਾਮ ਇੱਥੇ ਆਪਾਂ ਨੂੰ ਮਿਲ ਜਾਂਦੇ ਆ। ਸੋ ਨੈਕਸਟ ਹੈਗਾ ਨਿਊ, ਇਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਟੈਂਪਲੇਟਸ ਅਵੇਲੇਬਲ ਹੁੰਦੇ ਆ। ਇਹਨਾਂ ਟੈਂਪਲੇਟਸ ਨੂੰ ਆਪਾਂ ਯੂਜ਼ ਕਰਕੇ ਆਪਣਾ ਕੰਮ ਹੋਰ ਵੀ ਆਸਾਨ ਕਰ ਸਕਦੇ ਹਾਂ। ਅਗਰ ਆਪਾਂ ਨੂੰ ਉਸ ਨਾਲ ਰਿਲੇਟਡ ਟੈਂਪਲੇਟ ਨਹੀਂ ਮਿਲ ਰਿਹਾ, ਦੈਨ ਸਰਚ ਬਾਕਸ ਦੇ ਵਿੱਚ ਆਪਾਂ ਲਿਖ ਕੇ ਜਿਹੜਾ ਆ ਕੋਈ ਵੀ ਟੈਂਪਲੇਟ ਜਿਹੜਾ ਆ ਉਹ ਸਰਚ ਕਰ ਸਕਦੇ ਹਾਂ। ਸਪੋਜ਼ ਮੈਂ ਇੱਥੇ ਜਿਹੜਾ ਆ ਸੀਵੀ ਲਿਖ ਕੇ ਸਰਚ ਕੀਤਾ, ਦੈਨ ਦੇਖੋ ਮੇਰੇ ਕੋਲ ਇੱਥੇ ਰਿਜ਼ਿਊਮ ਜਾਂ ਸੀਵੀ ਦੇ ਟਾਈਪ ਦੇ ਜਿਹੜੇ ਟੈਂਪਲੇਟਸ ਆ ਉਹ ਮੈਨੂੰ ਮਿਲ ਗਏ ਆ। ਸੋ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਇਸਨੂੰ ਡਾਊਨਲੋਡ ਕਰ ਲੈਣਾ ਆ, ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਐਡਿਟ ਕਰ ਲੈਣਾ ਆ। ਬਹੁਤ ਹੀ ਆਸਾਨ ਦੇ ਨਾਲ ਤੁਸੀਂ ਜਿਹੜਾ ਆਪਣਾ ਰਿਜ਼ਿਊਮ ਇਹਦੇ ਵਿੱਚ ਕ੍ਰੀਏਟ ਕਰ ਸਕਦੇ ਹੋ। ਮਤਲਬ ਕਿ ਇਹ ਸਾਰੇ ਨਿਊ ਜਿਹੜਾ ਫਾਈਲ ਦੇ ਵਿੱਚੋਂ ਆਪਾਂ ਨੂੰ ਆਪਸ਼ਨ ਮਿਲ ਜਾਂਦੀ ਹੈ, ਜਿਹਦੇ ਵਿੱਚ ਆਪਾਂ ਜਿਹੜੇ ਸਾਰੇ ਤਰ੍ਹਾਂ ਦੇ ਡਾਕੂਮੈਂਟਸ ਅਵੇਲੇਬਲ ਹੁੰਦੇ ਆ। ਨੈਕਸਟ ਆਪਸ਼ਨ ਹੈਗੀ ਆਪਣੇ ਕੋਲ ਪ੍ਰਿੰਟ। ਦੇਖੋ ਪ੍ਰਿੰਟ ਦੇ ਉੱਤੇ ਜਦੋਂ ਮੈਂ ਕਲਿੱਕ ਕਰਦੀ ਹਾਂ, ਦੈਨ ਮੇਰੇ ਕੋਲ ਇਹਦੀਆਂ ਸਾਰੀਆਂ ਪ੍ਰੋਪਰਟੀਜ਼ ਓਪਨ ਹੋ ਜਾਂਦੀਆਂ। ਇੱਥੇ ਤੁਸੀਂ ਸਾਰੀ ਸੈਟਿੰਗ ਕਰ ਸਕਦੇ ਹੋ ਕਿ ਕਿੰਨੇ ਤੁਹਾਨੂੰ ਨੰਬਰ ਆਫ ਕਾਪੀਜ਼ ਚਾਹੀਦੀਆਂ ਆ, ਕਿਹੜਾ ਤੁਹਾਡਾ ਪ੍ਰਿੰਟਰ ਆ, ਤੁਹਾਨੂੰ ਸਾਈਜ਼ ਕਿਸ ਤਰ੍ਹਾਂ ਦਾ ਚਾਹੀਦਾ ਆ, ਜੋ ਵੀ ਪ੍ਰਿੰਟਿੰਗ ਦੀਆਂ ਸੈਟਿੰਗਸ ਆ ਉਹ ਸਾਰੀਆਂ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਕੇ ਕਰ ਸਕਦੇ ਹੋ। ਨੈਕਸਟ ਆਪਸ਼ਨ ਹੈਗੀ ਸੇਵ ਐਂਡ ਸੈਂਡ ਦੀ। ਸੇਵ ਐਂਡ ਸੈਂਡ ਤੋਂ ਮਤਲਬ ਕਿ ਕੋਈ ਵੀ ਫਾਈਲ ਤੁਸੀਂ ਬਣਾ ਕੇ ਹਟਿਆ ਉਹਨੂੰ ਡਾਇਰੈਕਟਲੀ ਤੁਸੀਂ ਈਮੇਲ ਦੇ ਥਰੂ ਸੈਂਡ ਕਰਨਾ ਆ, ਕਿਤੇ ਵੀ ਤੁਸੀਂ ਉਸਨੂੰ ਫਾਈਲ ਨੂੰ ਸੈਂਡ ਕਰਨਾ ਚਾਹੁੰਦੇ, ਦੈਨ ਤੁਸੀਂ ਡਾਇਰੈਕਟ ਇੱਥੋਂ ਜਿਹੜਾ ਫਾਈਲ ਬਟਨ ਦੇ ਉੱਤੇ ਸੇਵ ਐਂਡ ਸੈਂਡ ਦੀ ਆਪਸ਼ਨ ਨੂੰ ਯੂਜ਼ ਕਰਕੇ ਸੈਂਡ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਹੈਲਪ। ਅਗਰ ਆਪਾਂ ਨੂੰ ਕੋਈ ਵੀ ਚੀਜ਼ ਨਹੀਂ ਪਤਾ ਲੱਗ ਸਕਦੀ, ਦੈਨ ਫਿਰ ਉਹ ਆਪਾਂ ਇਹਦੀ MS ਆਫਿਸ ਦੇ ਇੱਕ ਹੈਲਪ ਸੈਕਸ਼ਨ ਮਿਲਿਆ ਹੁੰਦਾ, ਉਹਦੇ ਵਿੱਚ ਆਪਾਂ ਸਰਚ ਕਰ ਸਕਦੇ ਹਾਂ, ਕੋਈ ਵੀ ਕੁਐਰੀ ਆਪਾਂ ਦੀ ਸੋਲਵ ਹੋ ਜਾਂਦੀ ਆ। ਨੈਕਸਟ ਹੈਗੀ ਆਪਣੇ ਕੋਲ
नेक्स्ट ऑप्शन हैगी एग्जिट दी, एग्जिट ते क्लिक करेंगे देन ही एग्जिट हो जाएगा। सो फिलहाल मैं एग्जिट नहीं कर रही हूँ, सो मैं फाइल बटन दे सारे ऑप्शन आप देख लिए कि इन्हों की काम होंगे आ। उस तो बाद अपनी होंगी है मैन्यू बार एंड टूल बार। मैन्यू बार एंड टूल बार नू आपां डिटेल दे विच वन बाय वन वीडियो दे विच पढ़ांगे। सो सब तो पहला हुण आपां इहदी जिहड़ी लास्ट बार आ जिहड़ी कि स्टेटस बार आ उसदे बारे अज देखदे हां कि स्टेटस बार दा की काम हुंदा आ। सो स्टेटस बार दे उत्ते सब तो पहला लिखे होया पेज वन ऑफ वन, मतलब कि एक पेज आ सो इस करके एक आ, अगर दो हो जाएंगे दैन एक ऑफ टू हो लिख हो जाएगा। नैक्सट ऑप्शन हैगी अपने को वर्ड्स की, मतलब देखो इतने मैं कुछ लिख रही हूँ पेज के उत्ते दैन इतने जी काउंटिंग हो रही है, जिन्हें भी लैटर्स मैं इतने लिखागी उन्होंने जी वर्ड काउंटिंग होगी वो इतने आप डिस्प्ले होती रहेगी। जिदा भी मैं स्पेस पा के जो कोई वर्ड लिख रही हाँ दैन वो जी है इतने काउंटिंग इनक्रीज़ हो जा रही है। सो इस तरह जो आप लैटर आप पता लग जाता कि किन्ने नंबर ऑफ वर्ड्स अपने पेज के उत्ते है। सो इस तरह इधरले पासे अपने को फुल स्क्रीन लेआउट होंगे, मतलब पेज के लेआउट देखो मैं फुल स्क्रीन के उत्ते क्लिक किया दैन फुल स्क्रीन के उत्ते आपको शो होने लग पाया। सो इस तरह अगर अपन क्लोज करना साइड के उत्ते क्लोज बटन के उत्ते करके क्लोज भी कर सकते। सो इसी तरह अपने को वैब लेआउट आउटलाइन ड्राफ्ट ये सारिया ऑप्शन बनिया हुई होंगे। नाल ही अपने को हैगी जूम इन और जूम आउट की ऑप्शन, ये हैगी लास्ट ऑप्शन अपनी। सो ये जो आप जूम इन जूम आउट कर सकते हैं 100% जो इसका नॉर्मल साइज हों पेपर का। सो यह अपना टाइटल बार, फाइल बटन, स्टेटस बार। सो यह अपना MS वर्ड पार्ट नंबर 1। सो इस आप टाइटल बार बारे, फाइल बटन बारे, स्टेटस बार बारे और नाल ही आप हिस्टरी बारे पढ़िया। सो मैं दसना चाहती सी अगर तुसी कोई भी कॉम्पिटेटिव एग्जाम की तैयारी कर रहे हो तो जिहड़ा आ नीचे मैं डिस्क्रिप्शन बॉक्स के एक चैनल का लिंक दिता हुआ लैट्स लर्न, तुसी उस चैनल नू जिहड़ा सबसक्राइब जरूर कर लेना अगर तुसी उस GK की या फिर करंट अफेयर की जिहड़ी नॉलेज चाहते हो। सो उस चैनल नू सबसक्राइब जरूर कर लेना ताकि जिहड़ा कि थानू नॉलेज जिहड़ी मिल सके। सब्सक्राइब एंड शेयर जरूर करना, बैल बटन के आइकन से जरूर क्लिक करना। थैंक।